बेटा हले समय तो पहले नहीं गल इस पक्ष पर हले कदे ना परिवार बह के अभी कदम कोई गल ही नहीं की और ना ही मैं हले तक कोई इदा की खबर सुनी है। जेलों का प्रशासन का जो प्रबंध है सारा दोषियों के हाथों के बच्चे है। तो अगली जी डेट है वह 5 जनवरी पी है। चार्ज फ्रेम होने की सूँ इतकी उम्मीद सी परंतु फिर एप्लीकेशन वगैरह कुछ होर लगिया ने तो उन्होंने जवाब तो बाद मे बी अगली डेट के उत्ते संभावना हैगी। बेटा अदालत का म अपना प्रोसैस है ना जिदा किसी नूं राइट है वह उत्ते ऑब्जेक्शन ला सकते हैं जो आप चार्ज फ्रेम करने हैं तो वह आपके कानूनी दायरे च रेंदे हुए है ना कोई एप्लीकेशन लाते हैं तो फिर अदालत को भी उसकी सुनवाई करनी पैंदी है। ਅਕੀ ਰਾਜਾ ਬੜਿੰਗ ਨੇ ਬਿਆਨ ਦਿੱਤਾ ਕਹਿੰਦੇ ਚੋਣਾਂ ਦੇ ਲਈ ਅਸੀਂ ਤਿਆਰ ਹਾਂ ਤੇ ਟਿਕਟ ਦੇਣ ਨੂੰ ਵੀ ਤਿਆਰ ਹਾਂ ਤੇ ਕੀ ਕਹਿਣਾ ਬੇਟਾ ਹਲੇ ਸਮੇਂ ਤੋਂ ਪਹਿਲੇ ਨੇ ਗੱਲਾਂ ਨੇ ਇਸ ਪੱਖ ਤੇ ਹਲੇ ਕਦੇ ਨਾ ਪਰਿਵਾਰ 'ਚ ਬਹਿ ਕੇ ਅਸੀਂ ਕਦੇ ਕੋਈ ਗੱਲ ਹੀ ਨਹੀਂ ਕੀਤੀ ਔਰ ਨਾ ਹੀ ਮੈਂ ਹਲੇ ਤੱਕ ਕੋਈ ਇੱਦਾਂ ਦੀ ਖਬਰ ਸੁਣੀ ਹੈ ਤੇ ਹਲੇ ਟਾਈਮ ਪਿਆ ਹੈ ਨਾ ਜਦੋਂ ਕੋਈ ਸਮਾਂ ਆਊਗਾ ਵੇਖਾਂਗੇ ਉਦੋਂ ਜਿਹੋ ਜਿਹਾ ਕੋਈ ਮਾਹੌਲ ਹੋਊਗਾ। ਠੀਕ ਹੈ ਧੰਨਵਾਦ। ਜੇਲ੍ਹਾਂ 'ਚੋਂ ਲਗਾਤਾਰ ਜਿਹੜਾ ਸਾਹਮਣੇ ਆਉਂਦੀਆਂ ਨੇ ਗੱਲਾਂ ਫਿਰ ਵੀ ਸਰਕਾਰ ਕਹਿੰਦੀ ਹੈ ਵੀ ਜੇਲ੍ਹਾਂ ਦੇ ਵਿੱਚ ਨਹੀਂ ਹੋ ਰਹੀਆਂ ਗਤੀਵਿਧੀਆਂ ਕੀ ਕਹਿਣਾ ਤੁਹਾਡਾ ਉੱਥੇ? ਕਹਿਣਾ ਮੇਰਾ ਸਾਡਾ ਤਾਂ ਮਤਲਬ ਮੈਂ ਤਾਂ ਜਦੋਂ ਵੀ ਕੋਈ ਇੱਦਾਂ ਦੀ ਘਟਨਾ ਹੁੰਦੀ ਹੈ ਜੇਲ੍ਹ 'ਚ ਹੁੰਦੀ ਹੈ ਜਾਂ ਕੋਈ ਬਾਹਰ ਵੀ ਹੁੰਦੀ ਹੈ ਤਾਂ ਬਖੂਬੀ ਮੈਂ ਤਾਂ ਟਵੀਟ ਕਰਕੇ ਵੀ ਆਪਦੀ ਪ੍ਰਤੀਕਿਰਿਆ ਤੁਹਾਡੇ ਸਾਹਮਣੇ ਰੱਖ ਹੀ ਦਿੰਦਾ। ਪਰੰਤੂ ਇਹ ਕਹਿਣਾ ਵੀ ਜੇਲ੍ਹਾਂ ਦੇ ਵਿੱਚ ਕੁਛ ਨਹੀਂ ਹੋ ਰਿਹਾ ਬਿਲਕੁਲ ਜੋ ਜੇਲ੍ਹਾਂ ਦਾ ਪ੍ਰਸ਼ਾਸਨ ਦਾ ਜੋ ਪ੍ਰਬੰਧ ਹੈ ਸਾਰਾ ਦੋਸ਼ੀਆਂ ਦੇ ਹੱਥਾਂ ਦੇ ਵਿੱਚ ਹੈ। ਜੇ ਤੁਹਾਨੂੰ ਤੁਸੀਂ ਵੇਖੀ ਹੋਵੇ ਤਾਂ ਮੇਰਾ ਖਿਆਲ ਲਾਰੈਂਸ ਦੀ ਇੱਕ ਫੋਟੋ ਵਾਇਰਲ ਹੋਈ ਹੈ ਪਿੱਛੇ ਜੇ ਬੈੱਡ ਦੇ ਉੱਤੇ ਪਿਆ ਮੇਰਾ ਖਿਆਲ ਮੈਂ ਕੋਈ ਆਪਾਂ ਘਰ ਵਧੀਆ ਮਹਿਮਾਨ ਨੂੰ ਨਹੀਂ ਇਸ ਤਰ੍ਹਾਂ ਦਾ ਪ੍ਰਬੰਧ ਕਰਕੇ ਦਿੰਦੇ ਜਿਸਨੇ 3 ਫੋਨ ਉਹਦੀ ਰਜਾਈ ਦੇ ਉੱਤੇ ਪਏ ਨੇ ਜੇਲ੍ਹ ਦੇ ਕਮਰੇ ਦੀ ਖਿੜਕੀ ਨਾਲ ਦਿਖਾਈ ਹੋਈ ਹੈ। ਯਾਰ ਉਹ ਤਾਂ ਇਹ ਚੀਜ਼ ਨੂੰ ਦਿਖਾ ਰਹੇ ਨੇ ਲੋਕਾਂ ਨੂੰ ਇੱਕ ਹਾਈਪ ਕ੍ਰੀਏਟ ਕਰਨ ਦੇ ਮਾਰੇ ਤਾਂ ਉਹ ਗੱਲ ਉਹ ਫੋਟੋ ਨੂੰ ਵੇਖ ਕੇ ਚੀਜ਼ ਉਹ ਸਿੱਧ ਵੀ ਹੁੰਦੀ ਹੈ ਵੀ ਵਾਕਈ ਸਹੀ ਕਹਿ ਰਹੇ ਨੇ ਉਹ ਉਹਨਾਂ ਕੋਲ ਇੰਨੀ ਫੈਸਿਲਿਟੀਜ਼ ਹੈਗੀ ਹੈ ਉਹ ਉੱਥੋਂ ਪੂਰਾ ਆਪਣਾ ਜਿਹੜਾ ਕਾਲੀ ਕਮਾਈ ਦਾ ਜਿਹੜਾ ਸਿਸਟਮ ਹੈ ਉਹ ਬੜੀ ਕਾਮਯਾਬੀ ਦੇ ਨਾਲ ਚਲਾ ਰਹੇ ਹੈ। ਤਾਂ ਇਹਦੇ 'ਚ ਅਸੀਂ ਵੀ ਕਿਵੇਂ ਕਹਿ ਰਹੀ ਵੀ ਸਾਡੀਆਂ ਸਰਕਾਰਾਂ ਦੀ ਮਿਲੀ ਭੁਗਤ ਨਹੀਂ ਇਹਨਾਂ ਦੇ ਸਭ ਕੁਛ ਚੋਰਾਂ ਦੇ ਨਾਲ ਕੁੱਤੀ ਰਲੀ ਹੋਈ ਹੈ ਇਹਦੇ 'ਚ ਕੋਈ ਦੋ ਰਾਏ ਕੁਛ ਨਹੀਂ ਬਣਿਆ। ਲੋ ਜਿਹੜਾ ਸੀਗਾ ਇਹਨਾਂ ਨੇ ਨੋਟਿਸ ਰੈੱਡ ਕਾਰਨਰ ਜਾਰੀ ਕੀਤਾ ਸੀਗਾ ਤਾਂ ਉਸ ਤੋਂ ਬਾਅਦ ਕੋਈ ਅਪਡੇਟ ਨਹੀਂ। ਰੋਜ਼ ਅਸੀਂ ਪੁਲਿਸ ਅਧਿਕਾਰੀਆਂ ਨੂੰ ਮਿਲਦੇ ਰਹਿੰਦੇ ਹਾਂ ਤਾਂ ਉਹ ਤੋਂ ਬਾਅਦ ਕੋਈ ਖਾਸ ਅਪਡੇਟ ਨਹੀਂ ਹੈਗੀ ਜਿਹੜੀ ਮੈਂ ਤੁਹਾਨੂੰ ਦੱਸ ਸਕਾਂ। ਜਿਵੇਂ ਤੁਹਾਡੇ ਸਹੀ ਕਿਹਾ ਕਿਉਂਕਿ ਉਹ ਤਾਂ ਵਿਜ਼ਟਰ ਵੀਜ਼ੇ 'ਤੇ ਗਏ ਹੋਏ ਨੇ ਉੱਥੇ ਕੋਈ ਸਟੱਡੀ ਵੀਜ਼ੇ 'ਤੇ ਗਿਆ ਹੋਇਆ ਕੋਈ ਇਹ ਨਹੀਂ ਹੈਗਾ ਕੋਈ ਉਹ ਉੱਥੋਂ ਜਾ ਕੇ ਲੱਭਣੇ ਪੈਣਗੇ। ਪਰੰਤੂ ਇੰਨਾ ਢਿੱਲਾ ਮੱਠਾ ਰਵੱਈਆ ਕਿਉਂ ਇਹਦੇ ਬਾਰੇ ਤਾਂ ਹੁਣ ਅਦਾਲਤ ਦੱਸੇ ਜਾਂ ਸਰਕਾਰ ਦੱਸੇ।